ਰੱਬ ਦੇ ਗੁਣ ਨੇ ਸਾਡੀ ਜ਼ਿੰਦਗੀ ਵਿੱਚ ਦਿਸਣ ਲੱਗ ਜਾਣ ਬਸ ਫਿਰ ਬੰਦਾ ਰੱਬ ਵਰਗਾ ਲੱਗਦਾ ਰੱਬ ਵਰਗਾ ਉਹ ਦਿਸ ਚਲਕਾਰਾ ਪੈਂਦਾ ਹੈ ਹੋਰ ਕੋਈ ਰੱਬ ਕੋਈ ਚਾਨਣ ਹੁੰਜ ਹੋ ਜਾਂਦਾ ਹੈ ਜਾਂ ਇਦਾਂ ਕਿਤੇ ਆ ਕੇ ਇਦਾਂ ਹੱਥ ਕਰਦਾ ਰੱਬ ਰੱਬ ਤੇਰੇ ਅੰਦਰ ਹੀ ਤੈਨੂੰ ਹੀ ਫੀਲ ਹੋਣਾ ਉਹ ਗੁਣ ਨੇ ਤੇ ਜਿਹੜੇ ਬੰਦੇ ਦੇ ਵਿੱਚ ਪ੍ਰਗਟ ਨੇ ਉਹ ਬੜੇ ਆਨੰਦ ਵਿੱਚ ਰਹਿੰਦਾ ਬਾਕੀ ਤੇ ਸਾਰੀ ਜਿਹੜੀ ਕੁਦਰਤ ਹੈ ਨਾ ਜੀ ਪਿਆਰਿਓ ਗਵਾਚੇ ਹੋਰ ਕਿਸੇ ਚੋਂ ਨਹੀਂ ਗੁਣ ਦੇਖਿਓ ਗੰਨਾ ਮਿੱਠਾ ਹੈ ਗੰਨੇ ਦਾ ਗੁਣ ਕੀ ਹੈ ਮਿੱਠਾ ਤੇ ਮਿੱਠਾ ਹੀ ਹੈ ਮਰਚ ਦਾ ਗੁਣ ਕੀ ਹੈ ਭਲਾ ਕੌੜੀ ਹੈ ਤੇ ਕੌੜੀ ਹੋਈ ਹੈ ਨਿੰਮ ਕੀ ਹੈ ਨਿੰਮ ਦਾ ਗੁਣ ਉਹ ਕੜਵਾਹਟ ਹੈਗੀ ਹੈ ਨਾ ਸੂਰਜ ਦਾ ਗੁਣ ਕੀ ਹੈ ਤਪਦਾ ਚੰਦਰਮਾ ਦਾ ਗੁਣ ਕੀ ਹੈ ਠੰਡਕ ਦੇ ਰਿਹਾ ਇੱਕ ਆਪੋ ਆਪਣੇ ਗੁਣ ਨੇ ਨਾ ਕਰੇਲੇ ਦਾ ਆਪਣਾ ਗੁਣ ਹੈ ਕੇਲੇ ਦਾ ਆਪਣਾ ਗੁਣ ਹੈ ਆਇਰਨ ਹੈ ਉਹਦੇ ਵਿੱਚ ਇਸੇ ਤਰ੍ਹਾਂ ਔਰੇਂਜ ਦਾ ਆਪਣਾ ਗੁਣ ਹੈ ਵੀ ਸੰਤਰੇ ਦਾ ਗੁਣ ਕੀ ਹੈ ਵਿਟਾਮਿਨ ਸੀ ਹੈ ਉਹਦੇ ਵਿੱਚ ਇਹ ਉਹਦਾ ਗੁਣ ਹੈ ਹਰੇਕ ਬੰਦੇ ਹਰੇਕ ਚੀਜ਼ 'ਚੋਂ ਉਹਦਾ ਗੁਣ ਦਿਸਦਾ ਹੈ ਹਰੇਕ ਕੁਦਰਤ ਦੀ ਜਿਹੜੀ ਜਿਹੜੀ ਚੀਜ਼ਾਂ ਬਣਾਈਆਂ ਮਾਲਕ ਨੇ ਉਹਨਾਂ 'ਚੋਂ ਉਹਨਾਂ ਦੀ ਕੁਆਲਿਟੀ ਦਿਸਦੀ ਹੈ ਪਰ ਜੇ ਦਿਸਦੀ ਨਹੀਂ ਬਸ ਇੱਕ ਬੰਦੇ 'ਚ ਨਹੀਂ ਦਿਸਦੀ ਹਰੇਕ ਚੀਜ਼ 'ਚ ਕੁਆਲਿਟੀ ਦਿਸਦੀ ਹੈ ਮਤਲਬ ਕੁਆਲਿਟੀ ਮੀਨਜ਼ ਰੱਬ ਗੁਣ ਦਿਸਦਾ ਹਰੇਕ ਚੀਜ਼ ਦਾ ਗੁਣ ਹਰੇਕ ਚੀਜ਼ 'ਚੋਂ ਦਿਸਦਾ ਇਹਦਾ ਮਤਲਬ ਰੱਬ ਦਿਸਦਾ ਹਰੇਕ ਚੀਜ਼ ਕੁੱਤਾ 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 ਵਫਾਦਾਰ ਹੁੰਦਾ ਹੈ ਕੁੱਤੇ ਦਾ ਗੁਣ ਤੁਹਾਨੂੰ ਦਿਸਦਾ ਹੈ ਹਰੇਕ ਚੀਜ਼ ਜਿੱਦਾਂ ਦੀ ਬਣਾਈ ਹੈ ਉਵੇਂ ਦੀ ਹੋਈ ਹੈ ਸੱਪ ਡੰਗ ਮਾਰਦਾ ਤੁਹਾਨੂੰ ਸੱਪ ਦਾ ਗੁਣ ਦਿਸਦਾ ਹੈ ਜ਼ਹਿਰ ਹੈ ਉਹਦੇ ਵਿੱਚ ਉਹ ਡੰਗ ਮਾਰਦਾ ਹੈ ਸ਼ੇਰ ਜਿਵੇਂ ਝਪਟ ਮਾਰਦਾ ਤੁਹਾਨੂੰ ਸ਼ੇਰ ਦੇ ਵਿੱਚ ਉਹਦੀ ਕੁਆਲਿਟੀ ਦਿਸਦੀ ਹੈ ਬਸ ਇਹ ਜਿਹੜੇ ਗੁਣ ਨੇ ਗਵਾਚੇ ਕਿਹਦੇ ਚ ਨੇ ਭਲਾ ਸਿਰਫ ਤੇ ਸਿਰਫ ਇੱਕ ਬੰਦੇ ਚ ਜਿਹੜਾ ਆਪਾਂ ਕਹਿੰਦੇ ਵੀ ਹਰੇਕ ਚੀਜ਼ 'ਚੋਂ ਰੱਬ ਦਿਸਦਾ ਇਹਦਾ ਮਤਲਬ ਹਰੇਕ ਚੀਜ਼ 'ਚੋਂ ਉਸ ਚੀਜ਼ ਦੀ ਕੁਆਲਿਟੀ ਦਿਸਦੀ ਹੈ ਗੁਣ ਦਿਸਦਾ ਹਰ ਚੀਜ਼ 'ਚੋਂ ਗੁਣ ਦਿਸਦਾ ਜਿੱਦਾਂ ਦਾ ਰੱਬ ਨੇ ਬਣਾਇਆ ਹਰੇਕ ਚੀਜ਼ ਉਦਾਂ ਦੀ ਹੋਈ ਹੈ ਜਿੱਦਾਂ ਕੁੱਤਾ ਬਣਾਇਆ ਹੁੰਦਾ ਕੁੱਤਾ ਕੁੱਤੇ ਵਰਗਾ ਹੀ ਹੁੰਦਾ ਹੈ ਜਿਹੜੀ ਚੀਜ਼ ਬਣਾਈ ਹੈ ਉਵੇਂ ਦੀ ਹੋਈ ਹੈ ਕੱਲਾ ਬੰਦਾ ਹੀ ਹੈ ਬੰਦਾ ਬੰਦੇ 'ਚ ਉਹਦੀ ਕੁਆਲਿਟੀ ਗਵਾਚੀ ਹੈ ਬਸ ਬਾਕੀ ਸਾਰਿਆਂ 'ਚੋਂ ਗੁਣ ਦਿਸਦੇ ਨੇ ਬੰਦੇ 'ਚੋਂ ਗੁਣ ਨਹੀਂ ਦਿਸਦੇ ਪਰ ਜਦੋਂ ਬੰਦੇ 'ਚੋਂ ਵੀ ਗੁਣ ਦਿਸਣ ਲੱਗ ਗਏ ਹਰੇਕ ਪਾਸੇ ਰੱਬ ਹੈ ਮਤਲਬ ਪ੍ਰਮਾਤਮਾ ਹੈ ਤੇ ਜਦੋਂ ਬੰਦੇ ਦੇ ਵਿੱਚੋਂ ਵੀ ਬੰਦੇ ਵਾਲੇ ਗੁਣ ਦਿਸਣ ਲੱਗ ਗਏ ਸਮਝ ਲਓ ਬੰਦੇ 'ਚੋਂ ਵੀ ਰੱਬ ਦਿਸਣ ਲੱਗ ਪਿਆ ਬਸ ਇੰਨਾ ਹੀ ਫਰਕ ਹੈ ਨਾ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਵੇਖੋਗੇ ਤੁਸੀਂ ਮੰਨ ਲਓ ਵੀ ਇਹਦੇ 'ਚੋਂ ਵੀ ਰੱਬ ਦਿਸਦਾ ਹੈ ਇਹਦੇ 'ਚੋਂ ਵੀ ਕੁਆਲਿਟੀ ਦਿਸਦੀ ਹੈ ਇਹਦੇ 'ਚੋਂ ਵੀ ਕੁਆਲਿਟੀ ਦਿਸਦੀ ਹੈ ਕੱਲੀ ਕੱਲੀ ਚੀਜ਼ ਨੂੰ ਵੇਖਿਆ ਜਦੋਂ ਵੇਖਿਆ ਕਲਗੀਧਰ ਨੂੰ ਉਹਦੇ 'ਚੋਂ ਵੀ ਫਿਰ ਗੁਣ ਦਿਸਦੇ ਨੇ ਸਾਰੇ ਇਹ ਵੀ ਫਿਰ ਕੁਦਰਤ ਨਾਲ ਇੱਕ ਮਿੱਕ ਹੈ ਜਿੱਦਾਂ ਦਾ ਰੱਬ ਨੇ ਬਣਾਇਆ ਉਦਾਂ ਦਾ ਹੀ ਹੈ ਸਾਡੇ ਵਾਲੇ ਗਵਾਚ ਗਏ ਬਸ ਗੁਣ ਜਿਹਦਾ ਜਿਹਦੇ ਗੁਣ ਗਵਾਚ ਗਏ ਸਮਝ ਲਓ ਉਹਦੇ ਲਈ ਰੱਬ ਗਵਾਚ ਗਿਆ ਤੇ ਜਿਹਦੇ ਗੁਣ ਪ੍ਰਗਟ ਨੇ ਸਮਝ ਲਓ ਉਹਦੇ ਲਈ ਰੱਬ ਪ੍ਰਗਟ ਇਹ ਕਿਰਪਾ ਕਰਕੇ ਨੁਕਤਾ ਮੇਰਿਓ ਵੀਰੋ ਭਾਈਓ ਜਿਹੜੇ ਲੱਭਦੇ ਹੋ ਨਾ ਰੱਬ ਉਹ ਜ਼ਰੂਰ ਜਿਹੜੇ ਰੱਬ ਲੱਭਦੇ ਫਿਰਦੇ ਹੋ ਵੀ ਰੱਬ ਕਿਵੇਂ ਦਿਸੂ ਕਿੱਥੇ ਕੁ ਧਿਆਨ ਲਾਈਏ ਜੀ ਇੱਥੇ ਕਿੱਥੇ ਕੁ ਲਾਈਏ ਕਿਵੇਂ ਅੱਖਾਂ ਪੁੱਠੀਆਂ ਕਰੀਏ ਕਿਹੜਾ ਜਾਪ ਕਰੀਏ ਗੁਣ ਲੱਭੋ ਤੇ ਗੁਣ ਪ੍ਰਗਟ ਕਿਵੇਂ ਹੁੰਦੇ ਆ ਜੀ ਗੁਰਬਾਣੀ ਦਾ ਗਿਆਨ ਲੈ ਕੇ ਉਹ ਗਵਾਚੇ ਹੋਏ ਗੁਣ ਆ ਜਾਂਦੇ ਆ ਬਾਹਰ ਆ ਜਾਂਦੇ ਹੈ ਤੇ ਵਿੱਚੇ ਹੀ ਨੇ ਬਾਹਰ ਥੋੜਾ ਕਿਤੇ ਦਇਆ ਤੇ ਤੇਰੇ ਅੰਦਰੋਂ ਹੀ ਆ ਜਾਣੀ ਹੈ ਫਿਰ ਹੁਣ ਆਪਣੇ ਨਿਆਣਿਆਂ ਤੇ ਵੀ ਦਇਆ ਕਰਦਾ ਹੀ ਹੈ ਫਿਰ ਸਾਰਿਆਂ ਦੇ ਕਰਨ ਲੱਗ ਜਾਏਗਾ ਬਾਹਰੋਂ ਥੋੜਾ ਆਉਣੇ ਨੇ ਕਿਤੋਂ ਅੰਦਰੇ ਹੀ ਪਏ ਆ ਤੇਰੇ ਭਾਈ ਮੇਰੇ ਤੇਰੇ ਸਾਰਿਆਂ ਦੇ ਆਪਣੇ ਅੰਦਰ ਪਏ ਆ ਇਹ ਗੁਣ ਇਹ ਬਾਹਰੋਂ ਨਹੀਂ ਆਉਣੇ ਟਾਈਮ ਨਹੀਂ ਲੱਗਣਾ ਅੱਜ ਇੱਥੇ ਬੈਠੇ ਆ ਇਹ ਸਾਰੀ ਕੁਆਲਿਟੀ ਬਾਹਰ ਆ ਜਾਏ ਅੱਜ ਤੇਰੇ 'ਚੋਂ ਰੱਬ ਦੇ ਸਿਰ ਲੱਗ ਪਿਆ ਅੱਜ ਇਹਨੂੰ ਕਹਿੰਦੇ ਨੇ ਆਜ ਮਲਾਵਾ ਸੇਖ ਟਾਕਿਮ ਖੁੰਜੜੀਆਂ ਮਨੋਹੋ ਮਚਿੰਦਰ ਅੱਜ ਹੁਣੇ ਹੀ ਸਾਰੀ ਕੁਆਲਿਟੀ ਬਾਹਰ ਲੈ ਆ ਹੈ ਤੇਰੇ ਵਿੱਚ ਦਇਆ ਤੇਰੇ ਵਿੱਚ ਹੈ ਸਤ ਸੰਤੋਖ ਤੇਰੇ ਵਿੱਚ ਹੈ ਧੀਰਜ ਤੇਰੇ ਵਿੱਚ ਹੈ ਪਰ ਲੁਕੋ ਕੇ ਬਹਿ ਗਿਆ ਇਹ ਪ੍ਰਗਟ ਕਰ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਹਰੇਕ 'ਚ ਵੱਸਦਾ ਰੱਬ
ਪ੍ਰਗਟ ਨੇ ਇਹਨੂੰ ਸਭੈ ਘਟ ਰਾਮ ਬੋਲ ਪੂਰਾ ਪੂਰਾ ਸ਼ਬਦ ਇੱਕ ਵਾਰ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਲੈ ਪਰ ਸ਼ਬਦ ਆ ਗਾਓ ਵੀ ਉਦਾਂ ਸਾਰੇ ਕਹੀ ਜਾਂਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਭਾਵ ਗੁਣ ਤੇ ਪ੍ਰਗਟ ਕਰਦੇ ਨਹੀਂ ਜੀਭ ਤੋਂ ਕਹੀ ਜਾਂਦੇ ਰਾਮ 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 ਐ ਨਹੀਂ ਜੇ ਗੰਨਾ ਕਹੀ ਜਾਵੇ ਮਿੱਠਾ 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 ਹੋ ਕੇ ਵਿਖਾ ਤਾਂ ਪਤਾ ਲੱਗਣਾ ਉਹ ਗੁਣ ਪ੍ਰਗਟ ਕਰ ਆਪਣੀ ਜ਼ਿੰਦਗੀ 'ਚ ਜੇ ਰਾਮ ਰਾਮ ਕਹੀ ਜਾਂਦਾ ਰੱਬ ਦੇ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰ ਤੇ ਕਿਵੇਂ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਕਹਿ ਕੇ ਨਹੀਂ ਬੋਲ ਬੋਲ ਕੇ ਨਹੀਂ ਹੋਣੇ ਉਹ ਪ੍ਰਗਟ ਕਰਕੇ ਵਿਖਾਉਣੇ ਪੈਣੇ ਆ ਸੁਣਿਓ ਪੂਰਾ ਸ਼ਬਦ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਪੜੋ ਪੜੋ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਤਰੀਕਾ ਗਲਤ ਹੈ ਨਾ ਰੱਬ ਉਹ ਲੱਭਣਾ ਇਹ ਜਿਹੜਾ ਗੁਰੂ ਨਾਨਕ ਨੇ ਦੱਸਿਆ ਅਸੀਂ ਹੋਰ ਹੀ ਲੱਭੀ ਜਾਂਦੇ ਜੋਗੀਆਂ ਵਾਲਾ ਰੱਬ ਪੁਜਾਰੀਆਂ ਵਾਲਾ ਰੱਬ ਬ੍ਰਾਹਮਣ ਨੇ ਹੋਰ ਰੱਬ ਘੜਿਆ ਜੋਗੀ ਨੇ ਹੋਰ ਰੱਬ ਘੜਿਆ ਗੁਰੂ ਨਾਨਕ ਦਾ ਰੱਬ ਗੁਣ ਹਰੇਕ ਕੁਆਲਿਟੀ ਅੱਗੇ ਜੀ ਅਗੁਮ ਅਗੋਚਰ ਆਤੋਂ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਿਆ ਜਾਏ ਗੁਰ ਕੇ ਸ਼ਬਦ ਦਿਆ ਇਨ ਬਿਦ ਵਸਿਆ ਮਨ ਆ ਤਰੀਕਾ ਜੀ ਗੁਰੂ ਦੇ ਗਿਆਨ ਨਾਲ ਮਨ ਬਿੰਨਿਆ ਜਾਏਗਾ ਕਹਿ ਕੇ ਨਹੀਂ ਅਕਲ ਲੈ ਕੇ ਸਮਝ ਕੇ ਗੁਰਬਾਣੀ ਨੂੰ ਜਦੋਂ ਸਮਝਾਂਗੇ ਫੇਰ ਪ੍ਰਗਟ ਹੋਣਗੇ ਗੁਣ ਤਰੀਕਾ ਗੁਰੂ ਜੀ ਦਾ ਚੇਤਾ ਰੱਖਿਓ ਜੀਭ ਤੋਂ ਕਹੀ ਜਾ ਵਾਹਿਗੁਰੂ 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 ਜੀਭ ਤੋਂ ਕੱਲਾ ਰਾਮ 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 ਪਰ ਗੁਰੂ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨਾ ਬਾਹਰ ਕੱਢ ਕੇ ਵਿਖਾਏ ਗੁਣ ਇਹ ਕੁਆਲਿਟੀ ਹੈ ਤੇਰੇ ਵਿੱਚ ਹੀ ਇਹ ਬਾਹਰ ਨਹੀਂ ਕਿਤੇ ਹੈ ਗੁਆਚਗੀ ਪਾਈ ਬੜਿਆਂ ਦੀ ਗੁਆਚੀ ਕੁਆਲਿਟੀ ਗੁਰੂ ਜੀ ਨੇ ਬਾਹਰ ਕੱਢਤੀ ਸੀ ਚਲੋ ਫਿਰ ਗੱਲ ਕਰਦੇ ਹਾਂ ਸ਼ਬਦ ਪੂਰਾ ਸੁਣੀਏ ਗੁਰ ਕੇ ਸ਼ਬਦ ਭੇਦਿਆ ਬਿੰਨਿਆ ਜਾਣਾ ਇਹਨੇ ਬਿੰਨਿਆ ਜਾਣਾ ਹੈ ਭੇਦਿਆ ਗੁਰੂ ਦੇ ਗਿਆਨ ਨਾਲ ਹੋਰ ਕੋਈ ਤਰੀਕਾ ਗੁਰ ਕੇ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਮਨ ਵਿੱਚ ਉਹਨੇ ਵਸ ਜਾਣਾ ਕਿੰਨੇ ਭਲਾ ਰੱਬ ਨੇ ਤੇ ਰੱਬ ਕੀ ਮਤਲਬ ਰੱਬ ਗੁਣ ਵਸ ਜਾਣੇ ਮੇਰੀ ਜ਼ਿੰਦਗੀ 'ਚ ਗੁਣ ਆ ਗਏ ਤੇ ਰੱਬ ਆ ਗਏ ਵਸ ਜਾਣਾ ਤੇਰੀ ਤੇਰੇ 'ਚ ਦਇਆ ਸੰਤੋਖ ਧੀਰਜ ਇਹ ਸਭ ਗੁਣ ਆ ਜਾਣੇ ਵਸ ਜਾਣੇ ਇਹਨੂੰ ਕਹਿੰਦੇ ਸੁਰਤ ਵਿੱਚ ਵਸਣੇ ਨੇ ਜੀ ਮਨ ਮਨ 'ਚ ਵਸਣੇ ਨੇ ਅੰਦਰ ਹੀ ਆਉਣੇ ਆ ਜਾਣੇ ਲੋਕ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹੇ ਆ ਸਮਾਏ
आपे मिलया मिल रहया आपे मिलया आपे मिलया मिल रहया आपे मिलया राम राम करता सब जग फिरे राम ना पाया जाए पढ़ो जी पढ़ो राम राम करता सब जग फिरे राम ना पाया जाए सारे ही करते सारे लगे भाई रब मिल जे रब किवें मिले रब किवें मिलत आ वेखो ते सी किन्ने सौखे सौखे तरीके दसे